ਵੀਦਰਵਾਰ ਦੇ ਦੋ ਸ਼ਾਇਰ ਡਾਕਟਰ ਮਨਮੋਹਨ ਜਿਨ੍ਹਾਂ ਨੇ ਪ੍ਰਧਾਨਗੀ ਟਿੱਪਣੀ ਕਰਨੀ ਹੈ ਇਸ ਦੇ ਨਾਲ ਹੀ ਮੈਂ ਸੱਦਾ ਦਿੰਨਾ ਸਾਡੀ ਸਰਮੌਰ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਉਹਨਾਂ ਨੂੰ ਜਿਨ੍ਹਾਂ ਪੰਜਾਬੀ ਗਜ਼ਲ ਨੂੰ ਇੱਕ ਨਵੀਂ ਤਰ੍ਹਾਂ ਦੀ ਸੇਧ ਦਿੱਤੀ ਔਰ ਔਰਤ ਮਨ ਦੀਆਂ ਪੀੜਾਂ ਨੂੰ ਜਿਸ ਬਰੀਕੀ ਨਾਲ ਉਹਨਾਂ ਨੇ ਸਾਡੇ ਸੰਮੁਖ ਪੇਸ਼ ਕੀਤਾ ਉਹਨੇ ਗਜ਼ਲ ਨੂੰ ਇੱਕ ਬਲੰਦੀ ਦਿੱਤੀ ਸੁਖਵਿੰਦਰ ਅੰਮ੍ਰਿਤ ਜੀ ਮਾਂ ਬੋਲੀ ਨੂੰ ਸਮਰਪਿਤ ਇੱਕ ਬੋਲੀ ਨਾਲ ਮੈਂ ਸ਼ੁਰੂ ਕਰਾਂਗੀ ਖਾਣ ਨੂੰ ਤੈਨੂੰ ਖੀਰ ਦਵਾਂਗੀ ਨਾਲ ਪਕਾ ਦੂੰ ਪੂੜਾ ਬੈਠਣ ਨੂੰ ਤੈਨੂੰ ਕੁਰਸੀ ਦਵਾਂਗੀ ਸੌਣ ਨੂੰ ਲਾਲ ਪੰਘੂੜਾ ਲਾ ਕੇ ਤੇਲ ਤੇਰੇ ਵਾਧੂ ਬੋਦੇ ਸਿਰ ਤੇ ਕਰ ਦੂੰ ਜੂੜਾ ਜੇ ਮੇਰਾ ਪੁੱਤ ਬਣਨਾ ਲਿਖ ਕੇ ਵਿਖਾ ਦੇ ਊੜਾ ਜੇ ਮੇਰਾ ਪੁੱਤ ਬਣਨਾ ਲਿਖ ਕੇ ਵਿਖਾ ਦੇ ਊੜਾ ਔਰ ਇੱਕ ਗਜ਼ਲ ਦੇ 2-3 ਸ਼ੇਰਾਂ ਕੇ ਮਿਲਦਾ ਨਾ ਕੋਈ ਹੱਲ ਹੁਣ ਤੇਰੀ ਕਿਤਾਬ ਚੋਂ ਮਿਲਦਾ ਨਾ ਕੋਈ ਹੱਲ ਹੁਣ ਤੇਰੀ ਕਿਤਾਬ ਚੋਂ 100 100 ਸਵਾਲ ਨਿਕਲਦੇ ਇੱਕ ਇੱਕ ਜਵਾਬ ਚੋਂ ਚਿੱਟੇ ਦੀ ਕਾਲੀ ਖਬਰ ਹੀ ਹੁਣ ਸੁਰਖੀਆਂ ਚ ਹੈ ਚਿੱਟੇ ਦੀ ਕਾਲੀ ਖਬਰ ਹੀ ਹੁਣ ਸੁਰਖੀਆਂ ਚ ਹੈ ਬਾਕੀ ਦੇ ਰੰਗ ਹੋ ਗਏ ਮਨਫੀ ਪੰਜਾਬ ਚੋਂ ਬਾਕੀ ਦੇ ਰੰਗ ਹੋ ਗਏ ਮਨਫੀ ਪੰਜਾਬ ਚੋਂ ਔਰ ਤਾਰਾਂ ਤਾਂ ਤੜਪੀਆਂ ਨੇ ਕੁਝ ਸਾਡੇ ਵਿਰਾਗ ਨਾਲ ਤਾਰਾਂ ਤਾਂ ਤੜਪੀਆਂ ਨੇ ਕੁਝ ਸਾਡੇ ਵਿਰਾਗ ਨਾਲ ਵੇਖੋ ਕਿ ਕਿਹੜਾ ਰਾਗ ਹੁਣ ਨਿਕਲੇ ਰਬਾਬ ਚੋਂ ਵੇਖੋ ਕਿ ਕਿਹੜਾ ਰਾਗ ਹੁਣ ਨਿਕਲੇ ਰਬਾਬ ਚੋਂ ਔਰ ਕੁਝ ਸ਼ੇਰ ਮੈਨੂੰ ਕੁੜੀਆਂ ਕਹਿੰਦੀਆਂ ਸੀ ਕਿ ਤੁਸੀਂ ਜਰੂਰ ਸੁਣਾਉਣੇ ਆ ਤਪਸ਼ ਆਖਣ ਜਾਂ ਲੋਹ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ ਤਪਸ਼ ਆਖਣ ਜਾਂ ਲੋ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ ਕਿ ਅਗਨੀ ਜੁਗਨੂਆਂ ਦੇ ਬਿਆਨ ਦੀ ਮਹਤਾਜ ਕਿਉਂ ਹੋਵੇ ਭਵਰਿਆਂ ਦੀ ਹਰ ਇੱਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ ਭਵਰਿਆਂ ਦੀ ਹਰ ਇੱਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ ਉਹਨਾਂ ਦੇ ਹੁੰਦਿਆ ਤਿਤਲੀ ਦੇ ਸਿਰ ਤੇ ਤਾਜ ਕਿਉਂ ਹੋਵੇ ਇਨਾ ਸ਼ਿਖਰਾਂ ਦੇ ਵਾਸਤੇ ਬਣ ਕੇ ਚਣੌਤੀ ਰਹਿ ਤੂੰ ਇਨਾ ਸ਼ਿਖਰਾਂ ਦੇ ਵਾਸਤੇ ਬਣ ਕੇ ਚਣੌਤੀ ਰਹਿ ਝੁਕੇ ਕਿਉ ਸਿਰ ਤੇਰਾ ਨੀਮੀ ਤੇਰੀ ਪਰਵਾਜ਼ ਕਿਉ ਹੋਵੇ ਇਹ ਮਰ ਮਰ ਕੇ ਜਿਉਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਇਹ ਮਰ ਮਰ ਕੇ ਜਿਉਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉ ਹੋਵੇ ਤਰੇ ਖੇਸਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ ਹੋਵੇ ਔਰ ਇੱਕ ਗਜ਼ਲ ਦੇ ਕੁਝ ਸ਼ੇਰ ਕਹਿ ਕੇ ਅੱਗੇ ਲੂੰਗੀ ਕਿ ਕਿਵੇਂ ਪਰ ਸਿਮੇਟ ਕੇ ਬਹਿ ਰਹਾ ਕਿਵੇਂ ਭੁੱਲ ਜਾਵਾਂ ਉਡਾਨ ਨੂੰ ਕਿਵੇਂ ਪਰ ਸਿਮੇਟ ਕੇ ਬਹਿ ਰਹਾ ਕਿਵੇਂ ਭੁੱਲ ਜਾਵਾਂ ਉਡਾਨ ਨੂੰ ਇਹ ਤਾਂ ਦਾਗ ਹੈ ਮੇਰੇ ਇਸ਼ਕ ਤੇ ਇਹ ਹੈ ਮਹਿਣਾ ਮੇਰੇ ਇਮਾਨ ਨੂੰ ਹੋਏ ਤਬਸਰੇ ਮੇਰੀ ਜ਼ਾਤ ਤੇ ਮੇਰੀ نسل ਅਕਲ ਔਕਾਤ ਤੇ ਹੋਏ ਤਬਸਰੇ ਮੇਰੀ ਜ਼ਾਤ ਤੇ ਮੇਰੀ ਨਸਲ ਅਕਲ ਔਕਾਤ ਤੇ ਰਿਹਜ਼ਬ ਤਨਾ ਜਜ਼ਬਾਤ ਤੇ ਤੇ ਮੈਂ ਨਿਕਲੀ ਚੀਰਮਿਆਨੋ ਜੇ ਤੂੰ ਰੋਕ ਸਕਦਾ ਤਾਂ ਰੋਕ ਲਾ ਇਸ ਰੋਹ ਦੇ ਵੈੜ ਨੂੰ ਮੁਨਸਫਾ ਜੇ ਤੂੰ ਰੋਕ ਸਕਦਾ ਤਾਂ ਰੋਕ ਲਾ ਇਸ ਰੋਹ ਦੇ ਵੈੜ ਨੂੰ ਮੁਨਸਫਾ ਕਿ ਮੈਂ ਜਾ ਰਹੀ ਹਾਂ ਉਲੰਘ ਕੇ ਤੇਰੇ ਹੁਕਮ ਨੂੰ ਫਰਮਾਨ ਨੂੰ ਇਹ ਹਨੇਰ ਗਰਦ-ਗੁਬਾਰ ਹੈ ਮੇਰੇ ਰਾਹ 'ਚ ਉੱਚੀ ਦੀਵਾਰ ਹੈ ਇਹ ਹਨੇਰ ਗਰਦ-ਗੁਬਾਰ ਹੈ ਮੇਰੇ ਰਾਹ 'ਚ ਉੱਚੀ ਦੀਵਾਰ ਹੈ ਮੈਂ ਕਦੇ ਕਬੂਲ ਨਾ ਕਰ ਸਕਾਂ ਤੇਰੇ ਫਲਸਫੇ ਤੇਰੇ ਗਿਆਨ ਨੂੰ ਇਹ ਅੱਗ ਕਾਨੂੰਨ ਨਾ ਜਾਣਦੀ ਮੈਂ ਤਾਂ ਉਸ ਕਬੀਲੇ ਦੇ ਹਾਨ ਦੀ ਇਹ ਅੱਗ ਕਾਨੂੰਨ ਨਾ ਜਾਣਦੀ ਮੈਂ ਤਾਂ ਉਸ ਕਬੀਲੇ ਦੇ ਹਾਨ ਦੀ ਜਿਹੜੇ ਇਸ਼ਕ ਆਪਣਾ ਪਗਾਉਣ ਲਈ ਛੱਟ ਦਾ ਤੇ ਲਾਦ ਦਿੰਦੇ ਜਾਨ ਨੂੰ ਇਸ ਅਗਨ ਤੇ ਇਤਬਾਰ ਕਰ ਮੇਰਾ ਨਾਂ ਉਹਨਾਂ ਚ شمار ਕਰ ਇਸ ਅਗਨ ਤੇ ਇਤਬਾਰ ਕਰ ਮੇਰਾ ਨਾਂ ਉਹਨਾਂ ਚ شمار ਕਰ ਜਿਹੜੇ ਜਾਲ ਦੇ ਜੰਦ ਆਪਣੀ ਅਤੇ ਨੂਰ ਵੰਡ ਦੇ ਜਹਾਨ ਨੂੰ ਕਿਵੇਂ ਪਰ ਸਮੇਟ ਕੇ ਬਹਿ ਰਹਾ ਕਿਵੇਂ ਭੁੱਲ ਜਾਵਾਂ ਉਡਾਨ ਨੂੰ ਇਹ ਤਾਂ ਦਾਗ ਹੈ ਮੇਰੇ ਇਸ਼ਕ ਤੇ ਇਹ ਹੈ ਮਹਿਣਾ ਮੇਰੇ ਈਮਾਨ ਨੂੰ ਹੋਏ ਤਬਸਰੇ ਮੇਰੀ ਜ਼ਾਤ ਤੇ ਮੇਰੀ نسل ਅਕਲ ਆਕਾਤ ਤੇ ਰਿਹਜ਼ਬਤ ਨਾ ਜਜ਼ਬਾਤ ਤੇ ਤੇ ਮੈਂ ਨਿਕਲੀ ਚੀਰ ਮਿਆਂਨ